ਸਸਿਕਾਹ ਦੋਸਤੋ ਕੁਝ ਦਿਨ ਪਹਿਲਾਂ ਜਦੋਂ ਦੇਖਿਆ ਸੀਗਾ ਤਾਂ ਇੱਕ ਬਾਬਾ ਬਹੁਤ ਮਸ਼ਹੂਰ ਹੋਇਆ ਸੀ ਨਿੱਕੂ ਵਾਲਾ ਬਾਬਾ ਕਹਿ ਕੇ ਜੇ ਕਹੀਏ ਸੋਸ਼ਲ ਮੀਡੀਆ ਹੈਡਿੰਗ ਲਿਖਦਾ ਉਹਦੇ ਕਿ ਨਿੱਕੂ ਵਾਲਾ ਬਾਬਾ ਫਿਰ ਬੰਦਾ ਪਛਾਣ ਜਾਂਦਾ ਵੀ ਕਿਹਦਾ ਇੰਦਰਜੀਤ ਨਿੱਕੂ ਗਏ ਸੀਗੇ ਤੇ ਉਹ ਬਾਬੇ ਕੋਲ ਰੋਏ ਵੀ ਬਹੁਤ ਸੀ ਤੇ ਉਹਨਾਂ ਨੇ ਹਾਲਾਂਕਿ ਪਰੇਸ਼ਾਨੀਆਂ ਆਪਣੀਆਂ ਦੱਸੀਆਂ ਸੀ ਖੈਰ ਦੁਖੀ ਬੰਦਾ ਕਿਤੇ ਵੀ ਜਾਂਦਾ ਕਿਤੇ ਵੀ ਪਰੇਸ਼ਾਨੀਆਂ ਦੱਸਦਾ ਉਹਨੂੰ ਹੁੰਦਾ ਕੋਈ ਰਸਤਾ ਲੱਭ ਜੇ ਪਰ ਨਿੱਕੂ ਵਾਲਾ ਬਾਬਾ ਲੱਗਦਾ ਕਿ ਖੁਦ ਥੋੜੀ ਜੀ ਸਮੱਸਿਆ 'ਚ ਨਜ਼ਰ ਆਇਆ ਲੱਗਦਾ ਤੇ ਬਾਰੀ-ਬਾਰੀ ਪ੍ਰਮਾਣ ਦੇਣੇ ਪੈ ਰਹੇ ਨੇ ਉਹਨੂੰ ਪਰ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਉਹ ਦੋ ਚੀਜ਼ਾਂ ਨੇ ਇੱਕ ਤਾਂ ਇਹ ਕਿ ਫਿਰ ਰੱਬ ਨੂੰ ਕਿਉਂ ਮੰਨਣਾ ਜੇਕਰ ਬੰਦੇ ਸਾਰਾ ਕੁਝ ਦੱਸਣ ਲੱਗੇ ਸਿੱਧੀਆਂ ਵਿਧੀਆਂ ਕਹੀ ਜਾਂਦੇ ਨੇ ਪਰ ਉਹਦੇ 'ਚ ਹੁੰਦਾ ਇਹ ਹੈ ਵੀ ਉਦੋਂ ਵੀ ਜਦੋਂ ਮਹਾਪੁਰਸ਼ ਇਸ ਤਰ੍ਹਾਂ ਦੀਆਂ ਸਿੱਧੀਆਂ ਕਰਦੇ ਨੇ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਾਰਾ ਕੁਝ ਜਾਣੀ ਜਾਣ ਹੋ ਜਾਂਦੇ ਨੇ ਜਾਂ ਕਿ ਕਹੀਏ ਕਿ ਪ੍ਰਮਾਤਮਾ ਦਾ ਦੂਜਾ ਰੂਪ ਹੋ ਜਾਂਦੇ ਨੇ ਦੂਜੇ ਪਾਸੇ ਦੇਖੀਏ ਤਾਂ ਆਖਰਕਾਰ মিডিਆ ਦਾ ਉਹ ਚਿਹਰਾ ਹਾਲਾਂਕਿ ਮੈਂ ਖੁਦ ਇਸ profession 'ਚੋਂ ਆਂ ਪਰ ਜਿਹੜੀ ਹਾਲਾਤ ਉੱਥੇ ਦੇਖਣ ਨੂੰ ਮਿਲੇ ਨੈਸ਼ਨਲ ਮੀਡੀਆ ਤੇ ਲੋਕ ਸਵਾਲ ਖੜੇ ਕਰਦੇ ਨੇ ਸਾਰੇ ਨੀਕੇ ਖਰ ਮੜੇ ਹੁੰਦੇ ਕਦੇ ਤੇ ਉਹ ਪਹਿਲਾਂ ਵਾਂਗੂ ਮੈਂ ਸਿੱਧਾ ਸਾਰਿਆਂ ਨੂੰ ਵੀ ਨਹੀਂ ਕਹੂੰਗਾ ਪਰ ਇੱਕ ਦੋ ਬੰਦਿਆਂ ਦੀ ਬੜੀਆਂ ਹਰਕਤਾਂ ਜੇ ਕਹੀਏ ਕਿ ਬੜੀਆਂ ਅਜੀਬ ਲੱਗੀਆਂ ਕਿ ਆਖਰਕਾਰ ਹੀ ਕੀ ਜਾਂਦੇ ਨੇ ਪਹਿਲੀ ਗੱਲ ਕਰ ਲਈਏ ਤਾਂ ਬਾਬੇ ਨਿਕੋਲੇ ਬਾਬੇ ਦੀ ਜੇ ਗੱਲ ਕਰੀਏ ਤਾਂ ਉਸ ਬਾਬੇ ਨੂੰ ਲੈ ਕੇ ਕਈ ਦਿਨ ਤੋਂ ਅਸੀਂ ਮੈਂ ਖੁਦ ਇਹ ਵੀਡੀਓ ਦੇਖ ਰਿਹਾ ਤੀਕਾ ਕਿ ਆਖਰ ਇਹਨਾਂ ਨੇ ਮਿਲੀਅਨ ਵਿਊਜ਼ ਵੀਡੀਓ ਲੋਕ ਦੇਖ ਰਹੇ ਨੇ ਚਮਤਕਾਰ ਕਰ ਕਰਕੇ ਦਿਖਾਈ ਜਾਂਦਾ ਦੂਜੇ ਦਾ ਕਹਿੰਦਾ ਮੈਂ ਪਹਿਲੀ ਦੱਸਦਾ ਨਾ ਕੀ ਆਖਰ ਕੀ ਦਾ ਕੀ ਪਰੇਸ਼ਾਨੀ ਐ ਸਮੱਸਿਆ ਐ ਫਿਰ ਉਹਨੂੰ ਇੱਕ ਛੋਟਾ ਜਿਹਾ ਕੋਈ ਉਪਾਏ ਦੱਸ ਦੰਦਾ ਤਾਂ ਉਹ ਤੋਂ ਬਾਅਦ ਪਤਾ ਨਹੀਂ ਖੈਰ ਉਹਨਾਂ ਦਾ ਹੱਲ ਹੁੰਦਾ ਜਾਂ ਕਿੰਨਾ ਨਹੀਂ ਹੁੰਦਾ ਪਰ ਦੁਨੀਆ ਬੜੀ ਆਉਂਦੀ ਐ ਤੇ ਵੀਡੀਓ ਵੀ ਲੋਕ ਸੋਸ਼ਲ ਮੀਡੀਆ ਤੇ ਦੇਖੀਏ ਖੂਬ ਵਾਇਰਲ ਕਰਦੇ ਨੇ ਦੇਖਦੇ ਨੇਗੇ ਪਰ ਸਮਝਣ ਦੀ ਥੋੜੀ ਜਿਹੀ ਲੋੜ ਐ ਕਿ ਆਖਰ ਜਦੋਂ ਇਹ ਚੀਜ਼ਾਂ ਦੇਖਣੀ ਸ਼ੁਰੂ ਕਰੀਆਂ ਤਾਂ ਉਹ ਤੋਂ ਬਾਅਦ ਇੰਟਰਸਟ ਹੋ ਜਾਂਦਾ ਵੀ ਆਖਰ ਕਰ ਦੇਖਦੇ ਆ ਕਿ ਕੀ ਸਾਇੰਸ ਦੀ ਹਮੇਸ਼ਾ ਗੱਲ ਹੁੰਦੀ ਐ ਤਾਂ ਕੀ ਇਹ ਚੀਜ਼ਾਂ ਪੋਸੀਬਲ ਹੈਗੀਆਂ ਨੇ ਹੈਗੀਆਂ ਹਾਲਾਂਕਿ ਸਾਇੰਸ ਦੇ ਤਰੀਕੇ ਦੇ ਨਾਲ ਤਾਂ ਇਹ ਤਾਂ ਨਹੀਂ ਹੈਗਾ ਕੋਈ ਕਿਸੇ ਦੇ ਦਿਮਾਗ ਚ ਕੁਛ ਬੰਦਾ ਤੋੜ ਕੇ ਵੱੜ ਜਾਂਦਾ ਹੈਗਾ ਪਰ ਹਾਂ ਇਨ ਇੱਕ ਜ਼ਰੂਰ ਨੇ ਕਿ ਇਹ ਟ੍ਰਿਕਸ ਬਹੁਤ ਨੇ ਆ ਗਿਆ ਇਸ ਤਰ੍ਹਾਂ ਦੀਆਂ ਜਦੋਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਵੀਡੀਓਜ਼ ਦਿਖਦੇ ਨੇ ਜਿਦੇ ਵਿੱਚ ਸਭ ਤੋਂ ਜ਼ੋਰ ਤੇ ਦੇਖਣ ਨੂੰ ਮਿਲਦਾ ਹੈ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਲੋਕ ਦੂਜੇ ਦੇ ਜਿਵੇਂ ਪਹਿਲਾਂ ਪਹਿਲਾਂ ਮੇਲਿਆਂ 'ਚ ਕਿਹੜਾ ਹੁੰਦੀ ਸੀ ਕਿ ਤਾਂਛ ਦੇ ਪੱਤਿਆਂ ਦੇ ਨੰਬਰ ਤੁਹਾਡੇ ਫੋਨ ਨੰਬਰ ਤੁਸੀਂ ਪਹਿਲਾ ਨੰਬਰ ਕੀ ਸੋਚਿਆ ਸੀ ਆਖਰੀ ਨੰਬਰ ਕੀ ਸੋਚਿਆ ਸੀ ਥੋੜੀ ਬਰਥਡੇਟ ਕੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਇਹ ਠੀਕ ਉਹਦੇ ਨਾਲ ਹੀ ਕਹਿੰਦੇ ਕੋਈ ਮਿਲਦੀ ਜੁਲਦੀ ਚੀਜ਼ ਹੈਗੀ ਟ੍ਰਿਕੀ ਕਹਾਂਗੇ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਜੋ ਦੂਜੇ ਬੰਦੇ ਦੀ ਐਨੀ ਇੱਕ ਇਸ ਸਟੇਜ ਦੇ ਵਿੱਚ ਮਹਾਰਤ ਹੋ ਜਾਂਦੀ ਹੈ ਕਿ ਆਖਰ ਹਾਉ ਭਾਉ ਦੇਖ ਕੇ ਬਹੁਤ ਸਾਰੀਆਂ ਚੀਜ਼ਾਂ ਸਮਝ ਆ ਜਾਂਦਾ ਇਹ ਦੇਖਣ ਨੂੰ ਲੱਗਦਾ ਹੋਵੇ ਕਿ ਤੁਸੀਂ ਵੀ ਮੈਂ ਬੜੀਆਂ ਹਲਕੀਆਂ ਜਿਹੀਆਂ ਗੱਲਾਂ ਕਰ ਰਿਹਾ ਪਰ ਇਹ ਹਲਕੀਆਂ ਹੈਗੀਆਂ ਨਹੀਂ ਹੈਗੀਆਂ ਕਿ ਉਹ ਇਸ ਕਰਕੇ ਕਿਉਂਕਿ ਕੋਈ ਵੀ ਦੇਖੋ ਪ੍ਰਮਾਤਮਾ ਤੋਂ ਉੱਪਰ ਕੋਈ ਨਹੀਂ ਹੈਗਾ ਜਿਹੜਾ ਵੀ ਜਿਹੜੇ ਧਰਮ ਦਾ ਬੰਦਾ ਉਹ ਜਦੋਂ ਆਪਦੇ ਰੱਬ ਨੂੰ ਮੰਨਦਾ ਹੈ ਤਾਂ ਜੋ ਸ੍ਰਿਸ਼ਟੀ ਦੇ ਵਿੱਚ ਜੇ ਕਹੀਏ ਕਿ ਲਿਖਿਆ ਗਈਆਂ ਚੀਜ਼ਾਂ ਤਾਂ ਉਹ ਮ ਬਹੁਤ ਮਹਾਰੇ થી ਪੰਡਤਾਂ ਦੇ ਨਾਲ ਵੀ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਤਾਂ ਉਹ ਇਹ ਅਕਸਰ ਇਹੀ ਗੱਲ ਕਹਿੰਦੇ ਹੁੰਦੇ ਨੇ ਕਿ ਉਪਾਏ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਉਹਦਾ ਥੋੜਾ ਜਿਹਾ ਭਾਰ ਘਟਾ ਦਿਓ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਜੇਕਰ ਕਿਤੇ ਤੁਹਾਡਾ ਜ਼ਿੰਦਗੀ ਚ ਕੋਈ ਐਕਸੀਡੈਂਟ ਲਿਖਿਆ ਤਾਂ ਉਹ ਐਕਸੀਡੈਂਟ ਹੀ ਖਤਮ ਹੋ ਜਾਊਗਾ ਹੁਣ ਇਹ ਜਿਹੜੀ ਗੱਲ ਹੈ ਕਿ ਇਹਦੇ ਵਿੱਚ ਜਦੋਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਸਰਚ ਕਰਿਆ ਇੱਕ ਸੁਵਾਨੀ ਨਾਮ ਦੀ ਕੁੜੀ ਹੈਗੀ ਏਬੀਪੀ ਵਾਲਿਆਂ ਨੇ ਉਹਦਾ ਖਾਸਾ ਵੱਡਾ ਪ੍ਰੋਗਰਾਮ ਵੀ ਰੱਖਿਆ ਤੇ ਹਾਲਾਂਕਿ ਇਹਨਾਂ ਦੀ ਦੇਖਿਆ ਜਾਵੇ ਇੱਕ ਰਿਪੋਰਟਰ ਨੇ ਕੱਲ ਬਹੁਤ ਜੇ ਦੇਖਿਆ ਜਾਵੇ ਪੱਤਰਕਾਰਤਾ ਦਾ ਜਲ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਆਖਰ ਕਿਸ ਤਰ੍ਹਾਂ ਦੇ ਨਾਲ ਇਹ ਇੱਕ ਟ੍ਰਿਕ ਹੈ ਇਹ ਸ਼ਾਇਦ ਲੱਗਦਾ ਉਹਨਾਂ ਨੇ ਤਾਂ ਪ੍ਰੋਗਰਾਮ ਤਾਂ ਹੀ ਆਰਗੇਨਾਈਜ਼ ਕਰਿਆ ਕਿਉਂਕਿ ਉਹਦੇ ਵਿੱਚ ਇਹ ਵੀ ਸੀਗਾ ਕਿ ਆਖਰ ਕਿਤਨਾ ਕਿਤੇ ਬਹੁਤ ਵੱਡੇ ਤੌਰ ਤੇ ਦੇਖਿਆ ਜਾਵੇ ਸਵਾਲ ਲੋਕ ਖੜੇ ਹੋ ਗਏ ਸੀ ਇਹ ਚ ਵੀ ਕੋਈ ਦੋ ਰਾਏ ਨਹੀਂ ਹੈਗੀ ਕਿ ਜਦੋਂ ਇਸ ਸਮੇਂ ਦੇ ਦੌਰਾਨ ਉਸ ਨੇ ਕੋਲੇ ਬਾਬੇ ਦਾ ਰੋਲਾ ਪੈ ਰਿਹਾ ਤਾਂ ਦੋ ਧਰਿਆ ਦੇ ਵਿੱਚ ਲੋਕ ਵੱਡੇ ਦਿਖ ਰਹੇ ਨੇ ਇੱਕ ਕਹਿੰਦੇ ਕਿ ਇਹ ਸੱਚੇ ਚਮਤਕਾਰ ਹੈ ਬਾਬਾ ਜੀ ਨੇ ਸਿੱਧੀ ਕਰੀਆ ਆ ਬਾਬੇ ਤੇ ਮਿਹਰਬਾਨੀ ਪ੍ਰਮਾਤਮਾ ਦੀ ਹੈਗੀ ਆ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਨਹੀਂ ਇਹ ਇੱਕ ਟ੍ਰਿਕ ਜਾਂ ਜੇ ਕਿਹਾ ਜਾਵੇ ਇੱਕ ਮਨੋਅਵਸਥਿਤੀ ਪੜਨ ਦਾ ਕੋਈ ਜ਼ਰੀਆ ਤਾਂ ਹੋ ਸਕਦਾ ਪਰ ਇਹਦੇ ਵਿੱਚ ਕੋਈ ਚਮਤਕਾਰ ਨਹੀਂ ਹੈਗਾ ਇਹਨੂੰ ਤੁਸੀਂ ਅੰਧਵਿਸ਼ਵਾਸ ਚ ਨਾ ਫਲਾਓ ਬਿਲਕੁਲ ਸਹੀ ਗੱਲ ਹੈ ਖੈਰ ਮੈਂ ਤਾਂ ਉਸ ਪਾਸੇ ਨੂੰ ਹੀ ਆ ਕਿ ਅੰਧਵਿਸ਼ਵਾਸ ਦੇ ਵਿੱਚ ਨਾ ਬੜੀਏ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਸਹੀ ਵੀ ਮੰਨਦੇ ਹੋਣੇ ਆ ਖੈਰ ਜਿਹਦਾ ਕੋਈ ਕਈ ਵਾਰਕ ਤੇ ਕੋਈ ਭਲਾ ਹੋ ਜਾਂਦਾ ਤਾਂ ਆਮ ਤੌਰ ਤੇ ਹੁੰਦੀ ਇਹੀ ਹੈ ਵੀ ਜਿਵੇਂ ਕਿਸੇ ਸਾਧ ਕੋਲ ਜਾਂਦੀਆਂ ਨੇ ਜਨਾਨੀਆਂ ਤੇ ਵੀ ਜਨਾਨੀਆਂ ਚ ਉਹ ਸਭ ਨੂੰ ਹੀ ਮੁੰਡੇ ਦੇ ਦੰਦਾ ਤਾਂ ਫਿਰ ਜਦੋਂ ਉਹ 10 ਦੇ ਜੇ ਉਹਦੇ ਚੋਂ 10 ਜਾਂ 8 ਜਣੀਆਂ ਦੇ ਵੀ ਮੁੰਡਾ ਹੋ ਜੇ ਤਾਂ 12 ਭਾਵੇਂ ਭਾਜਨ ਪ੍ਰਾਠਾ ਉਹਦੀਆਂ ਪੱਕੀਆਂ ਭਗਤੋ ਹੋ ਜਾਂਦੀਆਂ ਨੇਗੀਆਂ ਉਹੀ ਤਰੀਕਾ ਇਸ ਚੀਜ਼ ਦੇ ਵਿੱਚ ਹੈ ਕਿ ਆਖਰਕਾਰ ਜੇ ਦੇਖਿਆ ਜਾਵੇ ਕਿ ਵੱਡੇ ਲੈਵਲ ਦੇ ਉੱਤੇ ਆਮ ਤੌਰ ਤੇ ਤਾਂ ਖੈਰ ਹੁੰਦਾ ਹੀ ਹੈ ਵੀ ਹੁਣ ਤਾਂ ਲੋਕ ਇਹ ਜਿਵੇਂ ਆ ਕੁੜੀ ਸੁਹਾਣੀ ਦਾ ਸ਼ੋਅ ਹੋਇਆ ਜਾਂ ਬਾਕੀ ਤੌਰ ਤੇ ਕਈ ਇਹ ਤਾਂ ਲੋਕ ਇਹ ਹੋਣ ਲੱਗੇ ਕਿ ਆਖਰਕਾਰ ਕਿਤਨਾ ਕਿਤੇ ਜਿਹੜਾ ਕਿ ਸੱਚਿਓ ਉਹ ਸਾਹਮਣੇ ਵਾਲੇ ਦਾ ਪਾਸਵਰਡ ਨਾਮ ਦਾ ਪਹਿਲਾ ਅੱਖਰ ਨਾਮ ਕੀ ਆ ਜਨਮ ਤਰੀਕ ਹੋਰ ਇਹੀਆਂ ਚੀਜ਼ਾਂ ਦੱਸੀ ਜਾਂਦੇ ਨੇ ਕਿ ਪਰੇਸ਼ਾਨੀ ਤੱਕ ਦੱਸੀ ਜਾਂਦੇ ਨੇ ਦੂਜੇ ਪਾਸੇ ਪਰ ਇਹ ਵੀ ਹੈ ਕਿ ਆਖਰਕਾਰ ਆਮ ਤੌਰ ਤੇ ਬਹੁਤ ਕਈ ਡੇਰਿਆਂ ਬਾਰੇ ਪਤਾ ਲੱਗਦਾ ਜਾਂ ਕਈ ਬਾਬਿਆਂ ਬਾਰੇ ਪਤਾ ਲੱਗਦਾ ਤਾਂ ਉਹ ਆਪਦੇ ਬੱਦੇ ਬਾੜਕੇ ਵਿੱਚ ਡਰਾਮੇबाजी ਬਹੁਤ ਕਰਦੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਦੂਜੇ ਪਾਸੇ ਦੇਖੀਏ ਤਾਂ ਜਿਵੇਂ ਇਹ ਨਿੱਕੂ ਵਾਲੇ ਬਾਬੇ ਨੇ ਰੌਲਾ ਪਵਾਇਆ ਤਾਂ ਉਹਦੇ ਵਿੱਚ ਗੱਲ ਇਹ ਹੈ ਵੀ ਰੌਲਾ ਪਵਾਇਆ ਕੀ ਹੈ ਕਹੀਏ ਕਿ ਪੈ ਗਿਆ ਉਹਦੇ ਕਰਕੇ ਪਰ ਇਹਦੇ ਵਿੱਚ ਗੱਲ ਇਹ ਹੈ ਵੀ ਐਸੇ ਤਰ੍ਹਾਂ ਦੇ ਨਾਲ ਕਦੇ ਵੀ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਹੁਣ ਗੱਲ ਇਹ ਹੈ ਕਿ ਆਖਰਕਾਰ ਜਿਹੜੀ ਹੁਣ ਗੱਲ ਆਜੀਏ ਜੇ ਮੀਡੀਆ ਤੇ ਪੱਤਰਕਾਰ ਭਾਈਚਾਰੇ ਨੇ ਇਹ ਦੇਖਿਆ ਜਾਵੇ ਵੱਡੇ ਤੌਰ ਤੇ ਕੈਮਰੇ ਚੱਕ ਕੇ ਪਹੁੰਚ ਗਏ ਬਾਬੇ ਦੇ ਦਰਬਾਰ ਦੇ ਵਿੱਚ ਤੇ ਫਿਰ ਬਾਬੇ ਦੇ ਦਰਬਾਰ ਦੇ ਵਿੱਚ ਬਾਬੇ ਨੇ ਇੱਕ ਬੰਦੇ ਨੂੰ ਬਾਜ ਮਾਰੀ ਪੱਤਰਕਾਰ ਸੀਗਾ ਨੈਸ਼ਨਲ ਚੈਨਲ ਦਾ ਤੇ ਆਖਰ ਜਿਵੇਂ ਫਿਰ ਉਹ ਪਹਿਲਾਂ ਤਾਂ ਗੋਡੀ ਹੱਥ ਲਾਤੇ ਉਹਨੇ ਜਾਣ ਸਾਬ ਚਲੋ ਸਤਕਾਰ ਦੇ ਵਿੱਚ ਆਪਾਂ ਕਿਸੇ ਦੇ ਹੋ ਸਕਦਾ ਲਾਦੇ ਪਰ ਉਹਦੀ ਉਮਰ ਸ਼ਾਇਦ ਐਡੀ ਵੱਡੀ ਹੈ ਨਹੀਂ ਵੀ ਜਦੋਂ ਜੇ ਕਿਹਾ ਜਾਵੇ ਦੀ ਹਮਵਰ ਦਾ ਕੋਈ ਉਹਦਾ ਸਤਕਾਰ ਕਰੇ ਚਲੋ ਫਿਰ ਵੀ ਮੰਨ ਲਾਂ ਨੇ ਕਿ ਸਤਕਾਰ ਵਾਜੋਂ ਕੋਈ ਕਿਸੇ ਦੇ ਪੈਰੀਂ ਹੱਥ ਜਾ ਆ ਕਿਸੇ ਨੂੰ ਕੋਈ ਵਿਸ਼ ਕਿਸੇ ਤਰ੍ਹਾਂ ਦੇ ਨਾਲ ਕਰਦਾ ਤਾਂ ਉਹਦੇ ਵਿੱਚ ਬੁਰਾਈ ਕੋਈ ਖੈਰ ਮੈਂ ਨਹੀਂ ਮੰਨਦਾ ਇਸ ਚੀਜ਼ ਦੇ ਕਈਆਂ ਨੇ ਤੇ ਇਹ ਤੇ ਵੀ ਅਤਰਾਜਤ ਆਇਆ ਪਰ ਦੂਜੇ ਪਾਸੇ ਇਹ ਕਿ ਉਹ ਬੈਠ ਕੇ ਪਤੰਦਰ ਜੈਜਾ ਕਰ ਕਰਨ ਲੱਗਿਆ ਪੱਤਰਕਾਰ ਦਾ ਸਵਾਲ ਪੁੱਛਣ ਦਾ ਇੱਕ ਨਜ਼ਰੀਆ ਹੁੰਦਾ ਹੈ ਜਾਂ ਕਈਏ ਕੀ ਉਹਦੀ ਹਿੰਮਤ ਹੁੰਦੀ ਹੈ ਇਹ ਚ ਵੀ ਕੋਈ ਦੋ رائے ਨਹੀਂ ਖੈਰ ਮੈਂ ਇਹਦੇ ਚ ਵੀ ਨਹੀਂ ਇਹ ਕਹੂੰਗਾ ਕਿ ਹਰੇਕ ਪੱਤਰਕਾਰ ਜੇ ਮੈਂ ਵੀ ਆਪਦੀ ਗੱਲ ਕਰਾਂ ਹਰੇਕ ਪੱਤਰਕਾਰ ਨੇ ਜਿਹੜੇ ਜਾਂ ਫਿਰ ਜੇ ਕਿਹਾ ਜਾਵੇ ਲੋਕ ਨੇ ਇਸ ਜਗਤ ਦੇ ਨਾਲ ਜੁੜੇ ਹੋਏ ਤਾਂ ਉਹ ਜਿੱਥੇ ਉਹ ਕੰਮ ਕਰਦੇ ਨੇ ਜਾਂ ਫਿਰ ਉਹ ਜੇ ਉਹਨਾਂ ਦੀ ਕੋਈ ਆਪਦੀ ਸੰਸਥਾ ਹੈਗੀ ਆ ਤਾਂ ਉਹਦੀ ਰੂਲ ਰੈਗੂਲੇਸ਼ਨ ਤੇ ਉਹਦੀ ਪਾਲਿਸੀਆਂ ਦੇ ਵਿੱਚ ਉਹ ਬੰਨੇ ਹੁੰਦੇ ਨੇ ਹਰੇਕ ਥਾਂ ਤੇ ਉਹ ਤੰਮੰਦਰ ਕਦੇ ਨਹੀਂ ਬਣ ਸਕਦੇ ਹੁਣ ਮੈਂ ਤਾਂ ਖੈਰ ਕਈਆਂ ਬਾਰੇ ਜਾਣਦਾ ਤਾਂ ਲੋਕ ਸੋਸ਼ਲ ਮੀਡੀਆ ਤੇ ਕਈਆਂ ਨੂੰ ਕਈ ਸਾਡੇ ਵੀ ਪੱਤਰਕਾਰਾਂ ਨੂੰ ਰੱਬ ਮੰਨੀ ਬੈਠੇ ਨੇ ਵੀ ਜੀ ਇਹਨੇ ਐ ਕਿਉਂ ਕਰਤਾ ਐ ਕਰਤਾ ਖੈਰ ਪਿੱਛੇ ਦੇ ਏਜੰਡੇ ਹੁੰਦੇ ਨੇ ਮੈਂ ਇਸ ਚੀਜ਼ ਤੋਂ ਕਦੇ ਮੁਨਕਰ ਨਹੀਂ ਹੋਇਆ ਪਰ ਗੱਲ ਇਹ ਹੈ ਕਿ ਆਖਰਕਾਰ ਉਸ ਬੰਦੇ ਨੇ ਜਿਹੜਾ ਗੱਲ ਕਹੀ ਉਹਦੀ ਛਾਪ ਬਹੁਤ ਵੱਡੀ ਗਈ ਉਹ ਬੈਠ ਕੇ ਉੱਥੇ ਬਾਬੇ ਦੇ ਹੱਕ ਚ ਨਾਰੇ ਲਾਉਣ ਲੱਗ ਗਿਆ ਜਾਂ ਕਹੀਏ ਕਿ ਉਹਦੀ ਜੈ ਜੈਕਾਰ ਕਰਨ ਲੱਗ ਗਿਆ ਤਾਂ ਫਿਰ ਬਾਕੀ ਲੋਕ ਕੀ ਸਮਝਣਗੇ ਜਿਹੜੇ ਲੋਕਾਂ ਤੇ ਉਹਨਾਂ ਨੂੰ ਭ ਤਾਂ ਆਖਰਕਾਰ ਉਹ ਲੋਕ ਇਸ ਪੂਰੇ মিডিਆ ਨੂੰ ਲੈ ਕੇ ਵੀ ਕੱਲ ਦੁਬਾਰੇ ਕਿਉਂਕਿ ਸਵਾਲ ਤਾਂ ਖੈਰ ਕਿਦਾਂ ਦੀ ਉਠੀ ਜਾਂਦੇ ਨੇਗਾ ਮੋਦੀ ਮੋਦੀ ਹੋਣਿਆ ਕਰਕੇ ਰੌਲਾ ਪਾਉਂਦੇ ਰਹਿੰਦੇ ਨੇ ਖੈਰ ਇਹਦੇ ਵਿੱਚ ਜੇ ਕਿਹਾ ਜਾਵੇ ਕਦੇ ਫੇਰ ਗੱਲ ਕਰੂੰਗਾ ਕਿਉਂਕਿ ਇੱਕ ਸਪੈਸ਼ਲ ਮੋਦੀ ਨੂੰ ਭੰਡਣ ਵਾਲਾ মিডিਆ ਤੇ ਇੱਕ ਉਹਦੀ ਜਾਇਜਾ ਕਰ ਕਰਨ ਵਾਲਾ ਜਿਤਕਿ ਵਿਚ ਦਾ মিডিਆ ਜਿਹੜਾ ਅਸਲ ਤੌਰ ਤੇ ਸੱਚ ਅੱਜ ਵੀ ਉਹੀ ਦਿਖਾ ਰਿਹਾ ਹੈ ਜਾਂ ਗੱਲ ਉਹ ਕਰ ਰਿਹਾ ਕਿਉਂਕਿ ਕਈ ਲੋਕਾਂ ਦਾ ਕੰਮ ਭੰਡਣਾ ਹੀ ਹੁੰਦਾ ਬਥੇਰੇ ਉਹਨਾਂ ਦੇ ਵਿਰੋਧੀ ਨੇ ਜਿਨ੍ਹਾਂ ਨੂੰ ਸਵਾਦ ਆਇਆ ਨਹੀਂ ਸੱਤਾ ਦੇ ਵਿੱਚ ਉਹਨਾਂ ਦੀ ਚ ਉਹ ਹੁਣ ਭੰਡੀ ਜਾਂਦੇ ਨੇ ਚਾਹੇ ਉਹ ਕਿੱਡੀ ਵੱਡਾ ਨਾ ਹੋਵੇ ਕਰ ਕਈ ਲੋਕ ਫਨਰਾਜ ਹੋ ਜਣਗੇ ਜੇ ਮੈਂ ਕਿਸੇ ਤਰ੍ਹਾਂ ਲੈਤਾ ਪਰ ਗੱਲ ਇਹ ਆ ਕਿ ਜੇ ਬਾਬੇ ਵਾਲੀ ਤੇ ਗੱਲ ਕਰੀਏ ਤਾਂ ਉਹ ਬੰਦਾ ਜਾ ਕੇ ਉੱਥੇ ਬਈ ਕਿੰਨੀ ਮੀਡੀਆ ਦੇ ਲੋਕ ਸੀਗੇ ਉਹਨਾਂ ਨੇ ਕਹਤਾ ਵੀ ਕਿਤੇ ਨਾ ਕਿਤੇ ਸਪਸ਼ਟ ਕਰਤਾ ਉੱਤੇ ਬਾਬਾ ਵੀ ਇਹ ਗੱਲ ਕਹਿਣ ਲੱਗਾ ਜਿਤੋਂ ਬਾਅਦ ਮੈਂ ਪ੍ਰਮਾਣ ਨਹੀਂ ਦੂੰਗਾ ਪ੍ਰਮਾਣ ਤਾਂ ਖੈ ਤਾਂ ਤੁ ਮੰਗਿਆ ਵੀ ਕਿਨੇ ਆ ਪਰ ਗੱਲ ਇਹ ਆ ਵੀ ਤੇਰੇ ਕੋਲ ਜਿਹੜਾ ਵਿਸ਼ਵਾਸ ਕਰਕੇ ਆ ਗਿਆ ਉਹ ਤਾਂ ਫਿਰ ਬੰਦਾ ਮੰਨੂ ਕੋਈ ਮੰਨੂਗਾ ਪਰ ਕੁਲਮ ਲਾ ਕੇ ਗੱਲ ਇਹ ਆ ਵੀ ਯਾਰ ਸਿਆਣੇ ਹੋਣ ਦੀ ਲੋੜ ਹੈ ਇਹ ਜੇ ਬਾਬੇ ਉਂ ਵੀ ਗਲੀਆਂ ਕੋਚੀਆਂ ਚ ਬੈਠੇ ਨੇ ਜਿਹੜਾ ਸੈਟਅਪ ਵਧੀਆ ਲਾ ਲੰਦਾ ਜਿਹਨੂੰ ਪਿੱਛੋਂ ਕੋਈ ਆਰਗੇਨਾਈ ਹਗਾ ਤਾਂ ਉਹ ਵੱਡੇ ਤੌਰ ਤੇ ਰਾ ਚਲਾਂਦਾ ਦੂਜੇ ਕਈ ਛੋਟੇ ਤੌਰ ਤੇ ਕਰ ਲੰਦੇ ਨੇਗੇ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਕਦੇ ਵੀ ਲੋਕਾਂ ਨੇ ਇਹ ਚੀਜ਼ ਬਾਰੇ ਨਹੀਂ ਸੋਚਿਆ ਜੋ ਸਭ ਤੋਂ ਵੱਡਾ ਇੱਕ ਟ੍ਰਿਕ ਹੈ ਚਮਤਕਾਰ ਹੈ ਉਹ ਚਮਤਕਾਰ ਕੀ ਹੈ ਕਿ ਆਖਰਕਾਰ ਜੇਕਰ ਤੁਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਤੁਹਾਡੇ ਨਾਲ ਮਾੜਾ ਨਹੀਂ ਹੁੰਦਾ ਜੇਕਰ ਤੁਹਾਡੇ ਨਾਲ ਮਾੜਾ ਹੁੰਦਾ ਤਾਂ ਉਹ ਤੁਹਾਡੀ ਕਿਸੇ ਨਾ ਕਿਸੇ ਇਸ ਤਰ੍ਹਾਂ ਦੀ ਲੈਖਣੀ ਕਹਿ ਸਕਦੇ ਆਗੇ ਕਿ ਜਿੰਨਾ ਕ ਪਰਮਾਤਮਾ ਦੇ ਜਿਹੜੇ ਵਿਸ਼ਵਾਸ ਕਰਦੇ ਆ ਤਾਂ ਕਿ ਆਖਰਕਾਰ ਉਹ ਜੋ ਪਰਮਾਤਮਾ ਨੇ ਜਿਹੜੇ ਵੀ ਧਰਮ ਦੇ ਉਹ ਤੁਹਾਡੇ ਦੇਵਤਾ ਦੇਵੀ ਦੇਵਤੇ ਨੇ ਜਾਂ ਕਿ ਇਹ ਤੁਹਾਡੇ ਗੁਰੂ ਸਾਹਿਬਾਂ ਨੇ ਜਿਹਦੇ ਬਾਰੇ ਜਿਵੇਂ ਸੋਚਿਆ ਤਾਂ ਉਹਦੇ ਬਾਰੇ ਉਵੇਂ ਹੀ ਹੋ ਰਿਹਾ ਉਹਨੂੰ ਉਸ ਚੀਜ਼ ਨੂੰ ਕੋਈ ਟਾਲ ਨਹੀਂ ਸਕਦਾ ਪਰ ਹਾਂ ਕੋਈ ਸ਼ਖਸ ਕੋਈ ਬੰਦਾ ਤੁਹਾਨੂੰ ਕਹੇ ਕਿ ਆਖਰ ਮੈਂ ਤੁਹਾਡੀ ਜ਼ਿੰਦਗੀ ਬਦਲ ਦੂੰਗਾ ਪਹਿਲਾ ਸਭ ਤੋਂ ਵਹੀ ਪੁੱਛਣ ਵਾਲੀ ਹੈ ਕਿ ਭਾਈ ਤੂੰ ਆਪਦੀ ਕਿਉਂ ਨਹੀਂ ਬਦਲਦਾ ਹੈਗਾ ਆਪ ਹੀ ਤੈਨੂੰ ਲੋੜ ਹੀ ਨਹੀਂ ਹੈਗੀ ਇਹ ਲੋਕਾਂ ਦੇ ਉਦਾਹਰਨ ਥੋੜੋ ਆਏ ਆ ਤੂੰ ਬਹੁਤ ਸਾਰੇ ਲੋਕ ਨੇ ਵੀ ਕਹਿੰਦੇ ਨੇ ਕਿ ਕੋਈ ਪੈਸਾ ਨਹੀਂ ਚੜਾਉਂਦਾ ਇਹ ਨਹੀਂ ਚੜਾਉਂਦਾ ਪਰ ਜਦੋਂ ਤੁਹਾਡੀ ਐਡਵਾਂਸਡ ਸਟਰਕਚਰ ਚਲਾ ਲੈਂਦੇ ਹੋ ਇੱਕ ਬਹੁਤ ਵੱਡਾ ਗੇਮ ਪਲਾਨ ਤਿਆਰ ਹੁੰਦਾ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਫਾਇਦੇ ਕੁਦੇ ਆਪ ਹੀ ਮਿਲ ਜਾਂਦੇ ਨੇ ਹੁਣ ਮੀਡੀਆ ਦੀ ਜਿਹੜੀ ਆਹ ਕਰਤੂਤ ਸੀਗੀ ਤਾਂ ਇਸ ਕਰਤੂਤ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਠੀਕ ਹੈ ਕਈ ਵਾਰ ਲੱਗਦਾ ਕਿ ਲੋਕ ਜਦੋਂ ਭੰਡਦੇ ਨੇਗੇ ਭਾਵੇਂ ਉਹ ਸਾਰਿਆਂ ਨੂੰ ਭੰਡਦਾ ਹੁੰਦੇ ਨੇ ਤਾਂ ਉਹਦੇ ਵਿੱਚ ਕਿਤੇ ਨ ਹੁਣ ਜਦੋਂ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਨਾਲ ਐਡੇ ਵੱਡੇ ਮੰਚ ਦੇ ਉੱਤੇ ਤੁਸੀਂ ਆਖਰਕਾਰ ਕਹੀਏ ਤੇ ਉਹਦੇ ਪ੍ਰਭਾਵ ਹੀ ਠਾਜਣਿਓ ਤਾਂ ਜ਼ਾਹਿਰ ਜੀ ਗੱਲ ਹੈ ਕਿ ਫਰੋਦ ਦੇ ਵਿੱਚ ਸੱਚ ਵਾਲੀ ਗੱਲ ਕੋਈ ਰਹਿੰਦੀ ਨਹੀਂ ਵਿਸ਼ਵਾਸ ਕਰਨ ਵਾਲੀ ਕੋਈ ਗੱਲ ਰਹਿੰਦੀ ਨਹੀਂ ਬਾਬੇ ਢੋਂਗੀ ਹੈਗੇ ਨੇ ਤੇ ਢੋਂਗ ਹੀ ਕਰਦੇ ਨੇ ਇਹ ਢੋਂਗ ਕਰਦੇ ਰਹਿਣਗੇ ਇਹਦੇ ਵਿੱਚ ਕੋਈ ਦੋਰਾਏ ਨਹੀਂ ਹਾਂ ਸਿੱਧੀ ਸੇਧ ਦੇ ਨਾਲੇ ਜਿਹੜੇ ਮੋਟੀਵੇਟ ਕਰਦੇ ਨੇ ਗੁਰੂਆਂ ਪੀਰਾਂ ਦੀਆਂ ਕਹਾਣੀਆਂ ਸੁਣਾਉਂਦੇ ਨੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਤੱਤ ਸੁਣਾਉਂਦੇ ਨੇ ਉਹ ਧੀ ਕਹਿ ਸਕਦੇ ਆ ਕਿ ਕਮ ਸੇ ਕਮ ਉਹ ਸਿੱਧਾ ਰਸਤਾ ਦਿਖਾਉਂਦੇ ਨੇ ਪਰ ਉਹ ਇਹ ਗੱਲ ਕਦੇ ਵੀ ਨਹੀਂ ਕਹਿੰਦੇ ਹੈਗੇ ਕਿ ਕਿਤੇ ਕਿਤੇ ਵੱਡੇ ਨਾਮ ਨੇ ਜਿਹੜੇ ਕੀ ਆਖਰ ਕਰੇ ਗੱਲ ਕਹਿਣਗੇ ਅਸੀਂ ਤੁਹਾਡੀ ਜ਼ਿੰਦਗੀ ਆਹੀਂ ਬੈਠੇ ਬਿਠਾਏ ਬਦਲ ਦਾਂਗੇ ਉਹਦੀਆਂ ਲੱਗਿਆ ਸ਼ੇਅਰ ਕਰਿਓ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਆਵਾਜ਼ ਵਿਵਾਦ ਚੱਲ ਰਿਹਾ ਉਹਦੇ ਵਿੱਚ ਚਰਚਾ ਵੀ ਓਡੇ ਲੈਵਲ ਤੀ ਹੈਗੀ ਹੈਗੀ ਧੰਨਵਾਦ